ਜੀ ਅਸਲਾਮੁਅਲੈਕੁਮ ਪਿੰਡਾਲਿਓ ਚੜ੍ਹਦੇ ਪੰਜਾਲੇ ਦੇ ਪੰਜਾਬ ਦੇ ਵੀਰਾਂ ਨੂੰ ਕੀ ਹਾਲ ਚਾਲ ਹੈ। ਸਲਾਮ ਸਤਿ ਸ਼੍ਰੀ ਅਕਾਲ। ਅਤੇ ਭਾਈਆਂ ਨੂੰ ਅੱਜ ਹੈ ਛੁੱਟੀ ਦਾ ਦਿਨ, ਅੱਜ ਹੈ ਜੁੰਮਾ, ਤੁਹਾਡੇ ਪਿੰਡ ਨੂੰ ਹੈ ਕੰਮ ਵੱਲੋਂ ਛੁੱਟੀ ਅਤੇ ਅੱਜ ਤੁਹਾਡਾ ਪਿੰਡ ਹੈ ਫ੍ਰੀ, ਠੀਕ ਹੈ। ਅਤੇ ਅੱਜ ਜਿਹੜਾ ਉਹ ਲੇਟ ਉੱਠ ਹੋਇਆ ਵਾ, ਘਰ ਵਾਲਿਆਂ ਨੂੰ ਉਠਾਲਿਆ, ਸਰਦੀ ਵਾਰ ਬਹੁਤ ਆ, ਘਰ ਵਾਲੇ ਕਹਿੰਦੇ ਕਿਤੇ ਖੇਲਣਾ ਚੱਲ ਜਾਵੇ। ਅਤੇ ਆਹ ਦੇਖ ਲਓ ਸਮੀਰ ਲਾ ਹਾਲੇ ਦਿਨ ਸੁੱਤਾ ਪਿਆ, ਅਤੇ ਮੈਂ ਜਾ ਰਿਹਾ ਵਾਂ ਆਪਣੀ ਡੈਂਟਿੰਗ ਸ਼ੈਨਿੰਗ ਕਰਾਉਣ, ਵਾਲ ਵੂਲ ਕਟਾਉਣ, ਕੱਟ ਕੁੱਟ ਕਰਾਉਣ, ਅਤੇ ਆਪਾਂ ਮਿਲਦੇ ਹਾਂ ਨਾਈ ਦੁਕਾਨ 'ਤੇ ਜਾ ਕੇ। ਲਓ ਜੀ ਪਿੰਡਾਂ ਤੁਹਾਡਾ ਪੇਂਡੂ ਆ ਗਿਆ ਜੇ ਇਹ ਨਾਈ ਦੁਕਾਨ ਦੇ ਵਿੱਚ ਆਉਂ। ਬਸ਼ਰ ਬਾਈ, ਓ ਬਸ਼ਰ ਬਾਈ ਕਹਿਣ ਗਏ, ਮੁਰਸ਼ਦ ਮੁਰਸ਼ਦ ਕਹਿਣ ਗਿਆ। ਲਓ ਜੀ ਮੁਰਸ਼ਦ ਲੱਭਦੇ ਨਹੀਂ ਪਏ, ਤਾਂ ਇੰਨੇ ਹਾਲਾਤ ਖਰਾਬ ਆ, ਦੋ ਚੱਕ ਦੇ ਜਿਹੜਾ ਕੋਈ ਹਿਸਾਬ ਨਹੀਂ, ਹਿਸਾਬ ਲਾ ਲਓ ਪਿੰਡਾਂ ਨੇ ਖੁੱਲ੍ਹੀ ਦੁਕਾਨ ਛੱਡ ਕੇ ਅਤੇ ਚੋਈ ਸਾਹਿਬ ਸੁਬਹ ਤੋਂ ਪਤਾ ਨਹੀਂ ਕਿੱਥੇ ਗਿਆ, ਤਾਂ ਬਾਹਰ ਬਹੁਤ ਠੰਡ ਆ, ਧੁੰਦ ਪਈ ਹੋਈ ਆ, ਅਤੇ ਲੱਭਦੇ ਹਾਂ, ਇਹਨਾਂ ਨੂੰ ਲੱਭਣਾ ਪੈਣਾ ਵਾ, ਇਹਨਾਂ ਕੋਲ ਵਾਲ ਕਟਾਉਣ ਵਾਸਤੇ ਇਹਨਾਂ ਨੂੰ ਲੱਭਣਾ ਪੈਣਾ, ਪਹਿਲਾਂ ਆਪਾਂ ਇਹਨਾਂ ਨੂੰ ਲੱਭਦੇ ਹਾਂ। ਲਓ ਜੀ ਪਿੰਡਾਂ ਵਾਲਿਓ, ਇਹ ਆਹ ਆ ਗਿਆ ਜੀ ਮੁਰਸ਼ਦ, ਮੁਬਸ਼ਰ ਭਾਈ ਆ, ਠੀਕ ਹੈ। ਉਹ ਪਿੱਛੇ ਉਹਨਾਂ ਦਾ ਦਿੱਲੀ ਘਾਟ ਆ, ਅਤੇ ਮੁਰਸ਼ਦ ਬਹੁਤ ਔਖੇ ਲੱਭ ਕੇ ਲਿਆਉਂਦੇ ਨੇ, ਅਤੇ ਇਹਨਾਂ ਦੀ ਦੁਕਾਨ ਦਾ ਨਾਮ ਹੈ, ਆਪਣੀ ਦੁਕਾਨ ਦਾ ਨਾਮ ਐਮ ਐਚ ਸਨਾਮ ਫਰੋਮ ਗੁਰਬਾਰਕ ਸਿਟੀ ਉਕਾੜਾ। ਹਾਂਜੀ, ਅਤੇ ਹੁਣ ਆਪਾਂ ਨਾ ਵਾਲ ਕਟਾਉਣੇ ਅਤੇ ਖਤ ਕਰਨਗੇ, ਦੇਖਦਾ ਆਪਾਂ ਇਨਸ਼ਾਅੱਲਾ ਤੁਹਾਨੂੰ ਕੀਤਾ ਕਰਾ ਦਿਖਾਵਾਂਗੇ, ਫਿਰ ਦੱਸਣਾ ਕਿੱਦਾਂ ਦਾ ਕੀਤਾ। ਲਓ ਜੀ ਸਰਕਾਰ, ਤੁਹਾਡੇ ਪੇਂਡੂ ਤਾਂ ਜਿਹੜੀ ਕਟਿੰਗ ਹੋ ਗਈ ਆ, ਅਤੇ ਮੁਬਸ਼ਰ ਭਾਈ ਨੇ ਤੁਸ ਕਰ ਛੱਡੀ ਹੈ, ਅਤੇ ਤੁਸੀਂ ਦੇਖ ਲੈਣਾ ਹੁਣ, ਵੀ ਹੁਣ ਤੁਸੀਂ ਮੈਨੂੰ ਇੱਕ ਮਿੰਟ ਦੱਸਣਾ ਅਤੇ ਕਿੱਦਾਂ ਆਪਣੀ ਜਿਹੜੀ ਕਟਿੰਗ ਸ਼ਟਿੰਗ ਲੱਗੀ ਹੈ, ਅਤੇ ਅੱਜ ਦਾ ਵਲੋਗ ਜਿਹੜਾ ਇਸ ਨਾਲ ਮੁਕੰਮਲ ਹੁੰਦਾ ਆਪਣਾ, ਅਤੇ ਇਨਸ਼ਾਅੱਲਾ ਮਿਲਾਂਗੇ ਅਗਲੇ ਵਲੋਗ ਦੇ ਵਿੱਚ। ਯਾਦ ਰੱਖਿਆ ਆਪਣੇ ਪੇਂਡੂ ਨੂੰ।